ਇਹ ਸੇਬ ਦੇ ਦਰਖਤ ਨੇ ਜੀ, ਅਸੀਂ ਰਸਤੇ ਦੇ ਵਿੱਚ ਰੁਕੇ ਸੀ ਕਿਤੇ ਅਤੇ ਸੋਚਿਆ ਤੁਹਾਨੂੰ ਦਿਖਾ ਦਈਏ। ਇਹ ਸੇਬ ਦਾ ਫਲ ਆ, ਇਦਾਂ ਦਾ ਫੁੱਲ ਹੁੰਦਾ ਸੇਬ, ਇਹੀ ਫੁੱਲ ਤੋਂ ਫਿਰ ਅੱਗੇ ਸੇਬ ਦਾ ਫਲ ਬਣਦਾ। ਇਹ ਸੇਬਾਂ ਦੇ ਬਾਗ ਨੇ। ਸਵੇਰ ਦਾ ਟਾਈਮ ਆ ਜੀ ਤਕਰੀਬਨ 8:30 ਦਾ, ਅਤੇ ਇਸ ਟਾਈਮ ਅਸੀਂ ਨਾਕੋ ਪਿੰਡ ਦੇ ਵਿੱਚ ਹਾਂ ਅਤੇ ਰੈਡੀ ਹੋ ਚੁੱਕੇ ਹਾਂ। ਹੁਣ ਰੋਟੀ ਪਾਣੀ ਖਾ ਕੇ ਨਿਕਲਦੇ ਹਾਂ ਅੱਗੇ ਕਾਜਾ ਦੇ ਲਈ। ਅਤੇ ਇੱਥੇ ਰਾਤ ਦਾ ਟੈਂਪਰੇਚਰ ਤਕਰੀਬਨ -4 ਤੱਕ ਚਲਿਆ ਗਿਆ ਸੀ, ਅਤੇ ਹੁਣ ਵੀ ਆ ਤੁਸੀਂ ਪਿੱਛੇ ਪਹਾੜੀਆਂ 'ਤੇ ਦੇਖ ਸਕਦੇ ਹੋ ਸਾਰੇ ਬਰਫ਼ ਪਈ ਹੋਈ ਹੈ, ਅਤੇ ਇਹ ਕਾਫ਼ੀ ਹਾਈਟ 'ਤੇ ਆ ਇਹ ਪਿੰਡ, ਉਹਦੇ ਕਰਕੇ ਇੱਥੇ ਟੈਂਪਰੇਚਰ ਕਾਫ਼ੀ ਰਾਤ ਨੂੰ ਥੱਲੇ ਚਲਿਆ ਜਾਂਦਾ। ਅਤੇ ਬਾਕੀ ਹੁਣ ਅਸੀਂ ਦੇਖਦੇ ਹਾਂ ਇੱਥੋਂ ਸਵੇਰ ਟਾਈਮ ਦੇ ਨਾਲ ਹੀ ਨਿਕਲਣਾ ਪੈਂਦਾ ਕਿਉਂਕਿ ਰੋਡ ਖਰਾਬ ਆ ਦੇ ਕਰਕੇ। ਔਰ ਭਾਜੀ ਠੀਕ ਹੋ? ਕੈਸੀ ਰਹੀ ਰਾਤ? ਨੀਂਦ ਅੱਛੀ ਆਈ? ਹੁਣ ਅਸੀਂ ਨਿਕਲਣ ਲੱਗੇ ਹਾਂ ਨਾਕੋ ਪਿੰਡ ਤੋਂ। ਇੱਥੋਂ ਤਕਰੀਬਨ 8:30 ਵਜੇ ਨਾ BRO ਆਪਣਾ ਕੰਮ ਸਟਾਰਟ ਕਰ ਦਿੰਦੀ ਹੈ, ਉਹਦੇ ਕਰਕੇ ਰੋਡ ਦੇ ਵਿੱਚ ਕਈ ਵਾਰ ਬਲੋਕੇਜ ਆ ਜਾਂਦੀ ਆ। ਉਹ ਪੱਥਰ ਬੰਬ ਲਾ ਕੇ ਜਦੋਂ ਪਹਾੜ ਨੂੰ ਤੋੜਨ ਲੱਗਦੇ ਆ ਕਿਉਂਕਿ ਉਹ ਡਬਲ ਰੋਡ ਬਣ ਰਿਹਾ ਉਹਦੇ ਕਰਕੇ। ਅਤੇ ਅਸੀਂ ਫਿਰ ਇੱਥੋਂ ਰੋਟੀ ਖਾਧੀ ਨਹੀਂ ਵੀ ਨਹੀਂ ਲੇਟ ਹੋ ਜਾਵਾਂਗੇ ਕਿਉਂਕਿ 9 ਵਜੇ BRO ਬਾਰਡਰ ਰੋਡ ਔਰਗਨਾਈਜੇਸ਼ਨ ਆ ਜਿਹੜੀ ਉਹ ਆ ਕੇ ਕੰਮ ਸ਼ੁਰੂ ਕਰ ਦਿੰਦੀ, ਉਹਦੇ ਨਾਲ ਕਈ ਵਾਰ ਰੋਡ ਬਲੋਕ ਹੋ ਜਾਂਦਾ। ਅਤੇ ਇਸ ਕਰਕੇ ਅਸੀਂ ਇੱਥੋਂ ਪਹਿਲਾਂ ਹੀ ਨਿਕਲਣ ਲੱਗੇ ਹਾਂ। ਰੋਟੀ ਜਿੱਦਾਂ ਹੋਊਗਾ ਖਾਣੇ ਖੁਣੇ ਦਾ ਉਹ ਰਾਹ ਦੇ ਵਿੱਚ ਦੇਖਾਂਗੇ, ਬਾਕੀ ਸਾਨੂੰ ਆਈਡੀਆ ਵੀ ਹੈ ਨਹੀਂ ਰਾਹ ਦੇ ਵਿੱਚ ਸਾਨੂੰ ਮਿਲੂਗਾ ਕਿ ਨਹੀਂ ਕਿਉਂਕਿ ਬਹੁਤ ਅਨਟੱਚ ਜਿਹਾ ਏਰੀਆ, ਪਤਾ ਹੀ ਨਹੀਂ ਇੱਥੇ ਕੁਛ ਮਿਲੇ ਜਾਂ ਨਹੀਂ। ਪਰ ਇਹ ਵੀ ਹੈ ਕਿ ਜੇ ਲੇਟ ਹੋ ਗਏ ਤਾਂ ਫਿਰ ਰਸਤੇ ਦੇ ਵਿੱਚ ਫਸ ਜਾਵਾਂਗੇ। ਸੋ ਅੱਗੇ ਹੁਣ ਤੁਹਾਨੂੰ ਰਸਤੇ ਦੇ ਸਾਰੇ ਸੀਨ ਦਿਖਾਉਂਦੇ ਹਾਂ, ਨਾਕੋ ਟੂ ਕਾਜਾ ਤੱਕ ਦੇ। ਅਤੇ ਤੁਹਾਨੂੰ ਮਨੈਸਟਰੀ ਵੀ ਦਿਖਾਵਾਂਗੇ ਜਿੱਥੇ ਇੱਕ 600 ਸਾਲ ਪੁਰਾਣੀ ਮੰਮੀ ਆ, ਅਤੇ ਹੋਰ ਵੀ ਕਾਫ਼ੀ ਖੁਸ਼ ਆ, ਜੁੜੇ ਰਹੋ ਨਾਲ। ਲੈਂਡਸਕੇਪ ਚੱਲ ਪੈਂਦੇ ਆ ਜੀ ਜਦੋਂ ਤੁਸੀਂ ਨਾਕੋ ਤੋਂ ਕਾਜਾ ਨੂੰ ਜਲਦੇ ਹਾਂ। ਅਤੇ ਆ ਸਾਹਮਣੇ ਦੇਖੋ ਬਰਫ਼ ਨਾਲ ਲੱਦੇ ਹੋਏ ਪਹਾੜ, ਅਤੇ ਕਿਤੇ ਕਿਤੇ ਤੁਹਾਨੂੰ ਇਹ ਜੇ ਆਪਾਂ ਉੱਪਰੋਂ ਦੇਖੀਏ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਏਰੀਅਲ ਵਿਊ, ਤਾਂ ਇਹ ਚੰਦ ਦਾ ਭੁਲੇਖਾ ਪੈਂਦਾ ਵਾ ਵੀ ਉਹੋ ਜਿਹੀਆਂ ਚਟਾਨਾਂ ਜਿਹੀਆਂ ਲੱਗਦੀਆਂ ਨੇ ਇਹ ਸਾਰੀਆਂ। ਦੇਖੋ ਜੀ ਇੱਦਾਂ ਦੇ ਰਸਤੇ ਮਿਲਣਗੇ ਤੁਹਾਨੂੰ ਕਾਜਾ ਤੱਕ ਜਾਣ ਦੇ ਲਈ। ਅਤੇ ਇਹਦੇ ਵਿੱਚ ਆਹ ਤਾਂ ਕਾਫ਼ੀ ਚੌੜਾ ਵਾ, ਅੱਗੇ ਤੁਹਾਨੂੰ ਹੋਰ ਵੀ ਪੈਚ ਦਿਖਾਉਂਦੇ ਹਾਂ ਵੀ ਜਿੱਥੇ ਸਿੰਗਲ ਗੱਡੀ ਹੋਈ ਬਹੁਤ ਮੁਸ਼ਕਲ ਦੇ ਨਾਲ ਲੰਘਦੀ ਆ ਸਕਦੇ ਤੁਸੀਂ, ਇਹੋ ਜਿਹੀ ਗੱਲ ਨਹੀਂ, ਪਰ ਤੁਹਾਡੇ ਕੋਲ ਡਰਾਈਵਿੰਗ ਸਕਿੱਲ ਵਧੀਆ ਹੋਣੀ ਚਾਹੀਦੀ ਆ, ਠੀਕ ਹੈ ਨਾ। ਅਤੇ ਉਹ ਚੀਜ਼ ਦਾ ਤੁਸੀਂ ਧਿਆਨ ਰੱਖਣਾ, ਥਾਂ ਥਾਂ 'ਤੇ ਕੰਮ ਚੱਲ ਰਿਹਾ ਅਤੇ ਬਾਕੀ ਰੋਡ ਮੇਨਟੇਨ ਕਰ ਰਹੀ ਆ BRO। ਅਤੇ ਜਿਹੜੀ ਮੇਨ ਗੱਲ ਉਹ ਕਹਿਣ ਵਾਲੀ ਇਹੀ ਆ ਕਿ ਥੋੜ੍ਹਾ ਧਿਆਨ ਦੇ ਨਾਲ ਕੰਸਨਟ੍ਰੇਟ ਕਰਕੇ ਚੰਗੀ ਨੀਂਦ ਲੈ ਕੇ ਇਹ ਡਰਾਈਵ ਕਰਨ ਵਾਲੀ ਆ। ਤੁਸੀਂ ਨਾ ਇੱਥੇ ਇੱਕ ਜਗ੍ਹਾ 'ਤੇ 3 ਤਰ੍ਹਾਂ ਦਾ ਪਹਾੜ ਦੇਖ ਸਕਦੇ, ਜਿਵੇਂ ਇੱਕ ਤਾਂ ਵਾਈਟ ਕਲਰ ਦੇ ਹੋ ਗਏ, ਸਾਹਮਣੇ ਹੋ ਗਏ ਸੁਰਮੇ ਰੰਗੇ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਇੱਧਰ ਹੋ ਗਏ ਤੁਹਾਡੇ ਕਰੀਮ ਕਲਰ, ਅਤੇ ਆਹ ਵਾਲਾ ਹੋ ਗਿਆ ਗ੍ਰੀਨ, ਜਾਣੀ ਕਿ ਗ੍ਰੀਨਿਸ਼ ਜੀ ਮਾਰਦੀ ਆ ਇਹਦੇ ਵਿੱਚੋਂ। ਇਹ ਤੁਹਾਨੂੰ ਇੱਕ ਜਗ੍ਹਾ 'ਤੇ 4-5 ਤਰ੍ਹਾਂ ਦਾ ਲੈਂਡਸਕੇਪ ਦੇਖਣ ਨੂੰ ਮਿਲ ਜਾਣਾ ਇੱਥੇ। ਨਾਕੋ ਪਿੰਡ ਤੋਂ ਚੱਲਣ ਤੋਂ ਤਕਰੀਬਨ 2 ਘੰਟੇ ਬਾਅਦ ਤੁਹਾਨੂੰ ਇਹ ਏਰੀਆ ਮਿਲੇਗਾ ਜਿੱਥੇ ਨਦੀ ਦਾ ਲੈਵਲ ਅਤੇ ਆਪਣੇ ਰੋਡ ਬਿਲਕੁਲ ਬਰਾਬਰ ਆ ਜਾਣਗੇ। ਅਤੇ ਇਸ ਜਗ੍ਹਾ 'ਤੇ ਤੁਹਾਨੂੰ ਗ੍ਰੀਨ ਪੈਚ ਵੀ ਮਿਲੇਗਾ, ਜਾਣੀ ਕਿ ਇਸ ਜਗ੍ਹਾ 'ਤੇ ਤੁਹਾਨੂੰ ਦਰੱਖਤ ਵਗੈਰਾ ਵੀ ਮਿਲਣਗੇ। ਇਹ ਸੇਬ ਦੇ ਦਰਖਤ ਨੇ ਜੀ, ਅਸੀਂ ਰਸਤੇ ਦੇ ਵਿੱਚ ਰੁਕੇ ਸੀ ਕਿਤੇ ਅਤੇ ਸੋਚਿਆ ਤੁਹਾਨੂੰ ਦਿਖਾ ਦਈਏ। ਇਹ ਸੇਬ ਦਾ ਫਲ ਆ, ਇੱਦਾਂ ਦਾ ਫੁੱਲ ਹੁੰਦਾ ਸੇਬ, ਇਹੀ ਫੁੱਲ ਤੋਂ ਫਿਰ ਅੱਗੇ ਸੇਬ ਦਾ ਫਲ ਬਣਦਾ। ਇਹ ਸੇਬਾਂ ਦੇ ਬਾਗ ਨੇ। ਬਹੁਤ ਵਧੀਆ ਲੋਕੇਸ਼ਨ ਸੀ, ਅਸੀਂ ਰੁਕੇ ਸੀ ਇੱਥੇ ਖਾਣਾ ਖਾਣ ਨੂੰ, ਪਰ ਇਹ ਕਹਿੰਦੇ ਤੁਹਾਡੇ ਸਾਡੇ ਕੋਲ ਵੀ ਬ੍ਰੈਡ ਆਮਲੇਟ ਜਾਂ ਪਰੌਂਠੇ ਵਗੈਰਾ ਹੈ ਨਹੀਂ ਗੇ, ਤਾਂ ਅਸੀਂ ਸੋਚਿਆ ਵੀ ਤੁਹਾਨੂੰ ਚਲ ਇਹ ਵਿਊ ਦਿਖਾ ਦਈਏ। ਇਹ ਸੇਬਾਂ ਦਾ ਬਾਗ ਆ, ਅਤੇ ਸਾਹਮਣੇ ਰੋਡ 'ਤੇ ਕੰਮ ਚੱਲ ਰਿਹਾ, ਅਤੇ ਆਹ ਸਾਡੀ ਗੱਡੀ ਖੜ੍ਹੀ ਆ, ਅਤੇ ਇਹ ਨਦੀ ਆ ਜੀ। ਅਤੇ ਆਹ ਥੱਲੇ ਵੀ ਤੁਸੀਂ ਜਿਹੜੇ ਦੇਖ ਰਹੇ ਹੋ ਇਹ ਵੀ ਸੇਬ ਨੇ, ਸਾਰੇ ਸੇਬਾਂ ਦੇ ਬਾਗ ਨੇ। ਆਹ ਇੱਥੋਂ ਦਾ ਵਿਊ ਆ ਜੀ, ਬਹੁਤ ਸੋਹਣਾ ਲੈਂਡਸਕੇਪ ਆ ਇੱਥੋਂ ਦਾ, ਬਹੁਤ ਵਧੀਆ ਇਨਵਾਇਰਮੈਂਟ, ਸ਼ਾਂਤੀ ਹੈ ਪੂਰੀ। ਇਹ ਚਾਂਗੋ ਪਿੰਡ ਹੈ ਜੀ, ਨਾਕੋ ਤੋਂ ਨਿਕਲ ਕੇ ਕਾਜਾ ਦੇ ਰਸਤੇ ਦੇ ਵਿਚਕਾਰ ਆਉਂਦਾ। ਇਹ ਵੀ ਕਾਫ਼ੀ ਸੋਹਣਾ ਪਿੰਡ ਆ, ਤੁਸੀਂ ਇੱਥੇ ਰੁਕ ਕੇ ਚਾਹ ਪਾਣੀ ਪੀ ਸਕਦੇ ਹੋ। ਅਤੇ ਇਹ ਉੱਥੋਂ ਦੀ ਛੋਟੀ ਜਿਹੀ ਮਿਨਿਸਟਰੀ ਆ, ਅਤੇ ਬਹੁਤ ਵਧੀਆ ਇਨਵਾਇਰਮੈਂਟ ਆ ਇੱਥੋਂ ਦੇ, ਪਿੱਛੇ ਬਰਫ਼ ਨਾਲ ਲੱਦੀਆਂ ਹੋਈਆਂ ਚੋਟੀਆਂ ਨੇ। ਅਤੇ ਉਹ ਮੇਰੇ ਖਿਆਲ ਨਾਕੋ ਤੋਂ ਨਿਕਲ ਕੇ ਇਹੀ ਇੱਕ ਪਿੰਡ ਆ ਜਿੱਥੇ ਜਾ ਕੇ ਆ ਕੇ ਤੁਹਾਨੂੰ ਕੁਛ ਖਾਣ ਪੀਣ ਨੂੰ ਮਿਲਦਾ, ਅਤੇ ਇੱਥੋਂ ਥੋੜ੍ਹਾ ਰਾਹ ਵੀ ਵਧੀਆ ਹੋ ਜਾਂਦਾ ਕਿਉਂਕਿ ਨਾਕੋ ਤੋਂ ਲੈ ਕੇ ਜਦੋਂ ਆਪਾਂ ਥੱਲੇ ਨੂੰ ਉਤਰਦੇ ਹਾਂ ਕਾਜਾ ਵਾਲੀ ਸਾਈਡ ਨੂੰ ਜਾਣ ਦੇ ਲਈ ਤਾਂ ਬਹੁਤ ਜ਼ਿਆਦਾ ਰਸਤਾ ਖਰਾਬ ਆ। ਇੱਥੇ ਆ ਕੇ ਥੋੜ੍ਹਾ ਰਸਤਾ ਵੀ ਸਹੀ ਹੋ ਜਾਂਦਾ,
ਤੇ ਹੋਟਲ ਵਗੈਰਾ ਵੀ ਇੱਥੇ ਖਾਣ ਪੀਣ ਨੂੰ ਤੁਹਾਨੂੰ ਮਿਲ ਜਾਂਦੇ ਨੇ। पुलिस की पोस्ट आ जी, जो आप जाने मिनिस्ट्री वालों इतने तकरीबन चौथी पोस्ट आ जिद एंट्री करवानी पैंती है कि असी किन्ने बंदे हाँ, कितों आए हैं, तो अज असी कितने पहुँचना, तो वह रिकॉर्ड फिर हर रोज़ शाम को चैक होंगे भी कोई बंदा इधर उधर तो नहीं हो, क्योंकि रोड इदा दे सेफ्टी के परपज़ लिए ध्यान रखते भी कितों किन्ने बंदे निकले अगे पहुँचे या नहीं पहुँचे। तो वो लिए जरूर तुम जे इतने कोई ना भी हो पोस्ट पर, वैसे तो यह रोक दिया आप रोक के इतने अपनी एंट्री जरूर करवा के बोर्ड आ गया जी। ताबो पिंड एंट्री ते लग्या होया जिथे काजा लिखिया 46 किलोमीटर, किब्बर 66 किलोमीटर, जाने कि असी तो उत्थे हुण जा नहीं सकते क्योंकि काजा तो अगे सब कुछ रोड ही बंद आ, ते ना रोहतांग टॉप ना लोसार जा इधर किधर भी नहीं जा सकते, ते बस इत्थे हुण जाके अगे ताबो दे विच इक मोनेस्ट्री आ वो देखदे आ, तो उस तो बाद फिर काजा चलते हैं जिहड़ा कि इत्थों 66 किलोमीटर आ, उत्थे तक ही रोड खुल्लिया वा। आ गया जी ताबो पिंड दे विच, तो तुहानू पिंड दिखाउने आ सारा, तो मिनिस्ट्री भी दिखाउने आ, तुसीं देखो भी लोकेशन किन्नी वधिया, इत्थे सारा एरिया शांत, खुल्लियां सड़कां ते ऐन पहाड़ां दे विचकार एक बसिया हुआ छोटा जिहा पिंड ताबो। यह ताबो पिंड की मिनिस्ट्री है जी, जिवें अपना मंदिर गुरुद्वारे होंदे आ उवें इन्हां दी मिनिस्ट्री होंदी जिहड़े बौद्ध धर्म दे नाल विच यकीन रखदे आ, बौद्ध धर्म नूं मानदे आ। यह मिनिस्ट्री आ, तुहानू अगे जाके भी दिखाउने अंदर जाके, तो इहदे बाहर ने सेबां दे बाग, ते आ सामने तुसीं इत्थों दा माहौल देखो कि आ सामने पहाड़ बिल्कुल शांत एरिया, इत्थे कुछ भी नहीं है, ते किन्ना वधिया इत्थों दा एनवायरमेंट आ। जिवें मैं तुहानूं दस्सिया कि असीं ताबो मिनिस्ट्री के आए हाँ, ताबो काजा नूं जांदे रास्ते दे विच आउंदा जदों आपां नाको तों तुरदे हाँ, तो मेरे पिछे नवीं मिनिस्ट्री आ, तो अगे पुरानी मिनिस्ट्री आ जिहड़ी कि 1024 साल पुरानी आ, तो हुण तुहानूं मिनिस्ट्री दिखाउणी आ भी किद्दां दी आ। तो तुसीं इह सोचो कि अज तों जिवें असीं अज इत्थे आए हाँ, तो सानूं इन्ना राह दे विच इन्नी प्रॉब्लम आई, इन्हां दे रस्ते आ छोटे छोटे, तो 1024 साल पहला इतने की हालात होणगे, तो किदां लोग इतने रहिंदे होणगे, तो यह वो मिनिस्ट्री है जिथे अज भी प्रेयर की जाती है, बौद्ध धर्म के नाल जिहड़े रिलेटड ने उन्हां दे फॉलोअर ने, वो इतने अज भी प्रेयर करते हैं, तो इतने दिन के एक टाइम प्रेयर की जाती, तो अज भी यह तुसीं देखदे हो पुराना टच है इतने उवें ही आ। तो आले दुआले तुसीं आ देखो सारा लैंडस्केप किदां, इतों के पहाड़ होर, तो बाकी तुसीं मिनिस्ट्री देखो, बाकी गल्लां तुहानूं बाद च दसदे आ। ये दूर दरार का इलाका होने के कारण उस टाइम इतने किताबों की या कापियां की आप कह सकते हैं भी कमी होने के चक्कर के कमी कारण इतने ना जो मंत्र ने वह सारे पत्थर के उपर लिखे गए हैं, तो क्योंकि ये पत्थर इतने बहुत ज़्यादा ने, तो उन्होंने करके उन्होंने जोड़े मंत्र है ये अपने पत्थर के उपर लिख के रखे गए हैं, क्योंकि इस उस टाइम दूर दरार का इलाका होने के कारण, क्योंकि अज भी इतने आना इन्ना मुश्किल वो टाइम जरा बहुत ज़्यादा होंगे सी, उदे करके फिर इन्होंने एक मैसेज अगे अपना डिलीवर करने का एक साधन ये पत्थर से। ਇਹ ਸਪਿਤੀ ਰਿਵਰ ਆ ਜੀ, ਅਤੇ ਹੁਣ ਆਪਾਂ ਨਾਕੋ ਤੋਂ ਚੱਲ ਕੇ ਤਾਬੋ ਹੁੰਦੇ ਹੋਏ ਅਤੇ ਕਾਜਾ ਦੇ ਕੋਲ ਪਹੁੰਚਣਾ ਨੇ, ਤਕਰੀਬਨ ਇੱਥੋਂ 28-29 ਕਿਲੋਮੀਟਰ ਹੈਗਾ ਕਾਜਾ, ਅਤੇ ਇੱਥੋਂ ਦੇ ਪਹਾੜ ਨੇ ਰਸਤੇ ਦੇ ਵਿੱਚ ਰੁਕੇ ਸੀ, ਕਿਉਂਕਿ ਪਹਿਲੀ ਵਾਰ ਇੱਦਾਂ ਹੋਇਆ ਕਿ ਰਸਤੇ ਦੇ ਨਾਲ ਹੀ ਬਿਲਕੁਲ ਆ ਜਿਵੇਂ ਸਾਡੀ ਗੱਡੀ ਖੜੀ ਆ, ਅਤੇ ਇਹਦੇ ਨਾਲ ਹੀ ਰਿਵਰ ਆਈ ਆ, ਨਹੀਂ ਤਾਂ ਕਿਤੇ ਅਸੀਂ ਉੱਪਰ ਹੁੰਦੇ ਹਾਂ ਰਿਵਰ ਥੱਲੇ ਹੁੰਦੀ ਆ ਇੱਦਾਂ ਤਾਂ ਚੜ੍ਹਾ ਕਰਦੇ ਹਾਂ, ਪਰ ਇੱਥੇ ਬਿਲਕੁਲ ਨਾਲ ਆਈ ਸੀ, ਥੋੜ੍ਹਾ ਟਾਈਮ ਇੱਥੇ ਰੁਕੇ, ਅਤੇ ਰੋਡ ਦੀ ਕੰਡੀਸ਼ਨ ਕਾਫੀ ਖਰਾਬ ਆ, ਬਟ ਜੇ ਤੁਹਾਡੇ ਕੋਲ ਵਧੀਆ ਡਰਾਈਵਿੰਗ ਸਕਿੱਲ ਹੈਗੀ ਆ ਤਾਂ ਤੁਹਾਨੂੰ ਇੰਨੀ ਪ੍ਰੋਬਲਮ ਨਹੀਂ ਆਏਗੀ। ਇੱਥੋਂ ਹੁਣ 28-29 ਕਿਲੋਮੀਟਰ ਰਹਿ ਗਿਆ, ਅਤੇ ਲੱਗਦਾ ਹੋਪਸੋ ਵੀ ਅੱਗੇ ਵੀ ਰੋਡ ਵਧੀਆ ਹੀ ਹੋਊਗਾ, ਪਰ ਜਿੰਨਾ ਕੁ ਹੁਣ ਸੀ, ਪਰ
रास्ते दे विच पत्थर भी काफ़ी डिग रहे हैं, तो थोड़ा जिहा ध्यान नाल एक्टिव होके आओ। तो बाकी हुण तुहानू काजा जाके दिखाउंदे आ। असी काजा दे विच पहुँच चुके हैं जी। तो काजा दे विच इस टाइम टेंपरेचर हैगा तकरीबन 3 डिग्री आस पास, तो शाम का टाइम आ, हुण तकरीबन 6 बज चुके ने। तो मगर तुसीं आ चोटियां देख सकते हो, बर्फ़ के नाल लगदियां पईयां ने। असी भी सुबह तो ट्रैवल कर रहे हैं लगातार, तो काफ़ी हालत खराब हो गई क्योंकि रोड बहुत ज़्यादा हालत माड़ी है रोडां दी। ये मेनटेन BRO कर रही है पर नाल दी नाल, पर बहुत ज़्यादा हालत खराब आ रोड की, तो कई जगह पर लैंडस्लाइडिंग भी होंगी। तो थोड़ा जिहा ध्यान नाल ही आओ जे तुसीं आ रहे हो, तो कोशिश करो कि एक दो ड्राइवर हो जिहड़े तुसीं चेंज कर करके चला लो, क्योंकि लगातार इन्ना ड्राइव जो तुसीं 12-13 घंटे की करते हो तो प्रॉब्लम आती है। तो बाकी तुसीं मगर व्यू देखो, तो ये होम स्टे है जिथे असीं रुके हाँ। ये साडा रूम है जी काजा दे विच, साडी होम स्टे दे विच ये रूम ने असीं लिया। ये रूम का साडा एक जाने का एक दिन का रेंट है 1100 रुपये, जिदे ब्रेकफास्ट डिनर यानी कि रोटी पानी तो चाह जिनी तुसीं मर्जी पी सकते हो, तो एक दिन का यदा एक जाने का 1100 रुपये किराया। बहुत वधिया रूम ने, नीट एंड क्लीन ने, थले मैट लगे क्योंकि ये जगह तो काफ़ी ज़्यादा सर्दी रहिंदी। लो जी असी खाना खाने लगे हूँ, तो काजा दे विच रात का डिनर कर लगे सी। और दीदी बैठे ने, उन्होंने खाना तैयार किया, भाजी ने, उन्होंने बच्चे ने, तो असी खाना खाण लगे हूँ। प्योर वेज खाना वा, दाल सब्जी रोटियां चावल, ठीक है ना। तो बहुत वधिया लग्या सानू इत्थे आके, बहुत वधिया माहौल लग्या। दीदी बहुत वधिया खाना भी बहुत टेस्टी बनाउंदे ने। इहनू बुखारी बोलदे ने अपने नेपाली दे विच, ते इत्थे इधर दी लैंग्वेज लोकल दे विच इहनू बोलदे ने जी तंदूर। ਇਹ ਇੱਥੇ ਖਾਣਾ ਬਣਦਾ ਅਤੇ ਇਹਦਾ ਅੰਦਰ ਗਰਮੈਸ਼ ਵੀ ਕਰਦਾ, ਅਤੇ ਇੱਥੇ ਨਾਲ ਜਿਹੜਾ ਧੂੰਆਂ ਇਹਦਾ ਉਹ ਆਪਣੇ ਨਾਲ ਦੀ ਨਾਲ ਬਾਹਰ ਨਿਕਲਦਾ ਰਹਿੰਦਾ। ਇਹ ਤਕਰੀਬਨ ਇੱਥੇ ਹਰ ਘਰ ਦੇ ਵਿੱਚ ਹੈ ਇਹ।